ਸਿੱਖ ਇਤਿਹਾਸ ਦੀ ਮਹਾਨ ਗਾਥਾ ਪ੍ਰੋਗਰਾਮ ਸਿੱਖ ਇਤਿਹਾਸ ਦੀ ਮਹਾਨ ਗਾਥਾ ਵਿੱਚ ਆਪ ਜੀ ਦਾ ਸਵਾਗਤ ਹੈ ਅਤੇ ਅੱਜ 12 ਜੁਲਾਈ ਦੀ ਸਿੱਖ ਗਾਥਾ ਭਾਈ ਪਿਖਾਰੀ ਜੀ ਨਾਲ ਸੰਬੰਧਿਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਆਪਣਾ ਜੀਵਨ ਸਿੱਖਾਂ ਲਈ ਇੱਕ ਅਨੋਖੀ ਉਦਾਹਰਣ ਹੈ ਉਹਨਾਂ ਦੇ ਸਿੱਖਾਂ ਵਿੱਚ ਗੁਰੂ ਜੀ ਵੱਲੋਂ ਸਿਖਾਏ ਗੁਣ ਸੇਵਾ ਸਿਮਰਨ ਤੇ ਪ੍ਰਭੂ ਰਜਾ ਵਿੱਚ ਰਹਿਣਾ ਭਰੇ ਹੋਏ ਸਨ। ਗੁਰੂ ਜੀ ਦਾ ਇੱਕ ਅਨੰਦ ਸਿੱਖ ਭਾਈ ਪਿਖਾਰੀ ਜੀ ਗੁਰਮਤ ਅਨਸਾਰ ਜੀਵਨ ਜਿਉਂ ਰਿਹਾ ਸੀ। ਇੱਕ ਵੇਰਾਂ ਇੱਕ ਸਿੱਖ ਭਾਈ ਗੁਰਮਖ ਗੁਰੂ ਜੀ ਦੇ ਦਰਬਾਰ ਵਿੱਚ ਪਹੁੰਚਿਆ ਤੇ ਕਹਿਣ ਲੱਗਾ ਗੁਰੂ ਜੀ ਮੈਨੂੰ ਆਪਣਾ ਸਿੱਖ ਬਣਾ ਲਓ। ਗੁਰੂ ਜੀ ਨੇ ਫਰਮਾਇਆ ਭਾਈ ਗੁਰਮਖਾ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਭਗਤੀ ਅਰਥਾਂ ਸਮੇਤ ਯਾਦ ਕਰ ਲੈ ਭਾਈ ਗੁਰਮਖ ਜੀ ਪ੍ਰਭੂ ਦੀ ਰਜ਼ਾ ਅਨੁਸਾਰ ਦੁੱਖ ਸੁੱਖ ਮਨਾਉਣ ਦੇ ਅਰਥ ਸਮਝ ਨਾ ਸਕੇ ਗੁਰੂ ਜੀ ਨੇ ਭਾਈ ਗੁਰਮਖ ਜੀ ਨੂੰ ਇਸ ਪੰਕਤੀ ਦੇ ਅਰਥ ਸਮਝਾਉਣ ਲਈ ਇੱਕ ਹੋਰ ਸਿੱਖ ਭਾਈ ਪਿਖਾਰੀ ਜੀ ਦੇ ਪਿੰਡ ਭੇਜ ਦਿੱਤਾ ਭਾਈ ਗੁਰਮਖ ਜੀ ਭਾਈ ਪਿਖਾਰੀ ਜੀ ਦੇ ਜਦੋਂ ਘਰ ਪਹੁੰਚੇ ਕੀ ਦੇਖਦੇ ਹਨ ਕਿ ਭਾਈ ਪਿਖਾਰੀ ਜੀ ਦੇ ਲੜਕੇ ਦਾ ਵਿਆਹ ਹੈ ਘਰ ਵਿੱਚ ਚਾਰੇ ਪਾਸੇ ਚਹਿਲ ਪਹਿਲ ਹੈ ਪਰ ਭਾਈ ਪਿਖਾਰੀ ਜੀ ਇੱਕ ਕਫਨ ਸਿਉ ਰਹੇ ਹਨ ਭਾਈ ਗੁਰਮੁਖ ਜੀ ਨੇ ਇਸ ਖੁਸ਼ੀ ਦੇ ਮੌਕੇ ਇਹ ਕਫਨ ਸਿਉਂਨ ਦਾ ਕਾਰਨ ਪੁੱਛਿਆ ਤਾਂ ਜਵਾਬ ਮਿਲਿਆ ਕਿ ਪ੍ਰਭੂ ਦੀ ਰਜਾ ਵਿੱਚ ਰਹਿਣਾ ਚਾਹੀਦਾ ਹੈ। ਭਾਈ ਗੁਰਮੁਖ ਜੀ ਕੀ ਵੇਖਦੇ ਹਨ ਕਿ ਵਿਆਹ ਬੜੀ ਧੂਮ ਧਾਮ ਨਾਲ ਸੰਪੂਰਨ ਹੋ ਗਿਆ ਤੇ ਲੜਕਾ ਵਿਆਹ ਵਾਲੇ ਦਿਨ ਹੀ ਚੜ੍ਹਾਈ ਕਰ ਗਿਆ। ਉਹ ਤਿਆਰ ਕੀਤਾ ਕਫਨ ਉਸ ਉੱਤੇ ਪਾ ਦਿੱਤਾ ਗਿਆ। ਖੁਸ਼ੀ ਗਮੀ ਵਿੱਚ ਬਦਲ ਗਈ। ਸਾਰਾ ਟੱਬਰ ਰੋਣ ਧੋਣ ਲੱਗ ਗਿਆ ਤੇ ਭਾਈ ਪਿਖਾਰੀ ਜੀ ਸ਼ਾਂਤ ਚਿੱਤ, ਦੁੱਖ ਸੁੱਖ ਤੋਂ ਨਿਰਲੇਪ ਭਾਣੇ ਵਿੱਚ ਵਿਚਰ ਰਹੇ ਸਨ ਹੁਣ ਭਾਈ ਪਿਖਾਰੀ ਜੀ ਨੇ ਭਾਈ ਗੁਰਮਖ ਜੀ ਨੂੰ ਤੇਰਾ ਕੀ ਆ ਮਿੱਠਾ ਲੱਗ ਗਏ ਭਗਤੀ ਦੇ ਅਰਥ ਸਮਝ ਆ ਗਏ ਸਨ ਅੱਜ ਸਿਰਫ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ